ਸ਼ੇਅਰ ਵੀ ਕੀਤਾ ਸੀਗਾ ਪਰ ਓਵਰਆਲ ਜੇ ਮੈਂ ਉਹਦੇ ਬਾਰੇ ਗੱਲ ਕਰਾਂ ਤੇ ਉਹ ਕੈਨੇਡਾ ਦੇ ਵਿੱਚ ਲਾਇਰ ਨੇ ਵਕੀਲ ਨੇ ਉਹ ਵਕੀਲ ਵਕਾਲਤ ਕਰਦੇ ਰਹੇ ਨੇ ਤੇ ਉਹਨਾਂ ਨੇ 33rd ਪ੍ਰੀਮੀਅਰ ਦੇ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2000 ਤੇ 2001 ਦੇ ਵਿੱਚ ਉਹਨਾਂ ਨੇ ਲਿਬਰਲ ਪਾਰਟੀ ਆਫ ਕੈਨੇਡਾ ਤੋਂ ਉਹਨਾਂ ਨੇ ਜਿਹੜਾ ਉਹ ਕੀਤਾ ਔਰ ਉਸ ਦੇ ਨਾਲ ਹੀ ਮੈਂ ਦੱਸ ਦਿੰਦਾ ਸਭ ਤੋਂ ਜ਼ਿਆਦਾ ਪ੍ਰੀਮੀਅਰ ਜਿਹਨੂੰ ਅਸੀਂ ਚੀਫ ਮਿਨਿਸਟਰ ਕਹਿੰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਚੀਫ ਮਿਨਿਸਟਰ ਰਹਿ ਚੁੱਕੇ ਨੇ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਵੈਲਕਮ ਧੰਨਵਾਦ ਜੀ ਆਇਆਂ ਨੂੰ ਪ੍ਰਧਾਨ ਮੰਡਲ ਦੇ ਵਿੱਚ ਸਾਡੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਸੈਕਟਰੀ ਜਨਰਲ ਬਲਵਿੰਦਰ ਜੰਮੂ ਜੀ ਸਾਡੇ ਸਟੇਟ ਪ੍ਰੈਜੀਡੈਂਟ ਬਲਵੀਰ ਜੰਡੂ ਜੀ ਕੈਤਰੀ ਸ੍ਰੀ ਸਿੰਘ ਸਭਾ ਦੇ ਆਗੂ ਪ੍ਰੋਫੈਸਰ ਵਿਸ਼ਾਲ ਜੀ ਜਿਨ੍ਹਾਂ ਦਾ ਸਾਨੂੰ ਹਮੇਸ਼ਾ ਬਹੁਤ ਵੱਡਾ ਸਹਿਯੋਗ ਰਿਹਾ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਉਲੀਕਦੇ ਹਾਂ ਕੀਤਾ ਅਤੇ ਸਾਡੇ ਵਿੱਚ ਸਰਦਾਰ ਪ੍ਰੀਤਮ ਸਿੰਘ ਜੌਲ ਜੀ ਜਿਹੜੇ ਰਿਟਾਇਰ ਜੀ ਮਾਲੀ ਜੀ ਅਤੇ ਸਰਦਾਰਾ ਸਿੰਘ ਚੀਮਾ ਜੀ ਭੱਟੀ ਜੀ ਸਰਬਜੀਤ ਭੱਟੀ ਭੁਪਿੰਦਰ ਮਲਕੀ ਜੀ ਜਿੰਨੇ ਵੀ ਤੁਸੀਂ ਇੱਥੇ ਆਏ ਨੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵੈਲਕਮ ਕਰਦਾ ਸਵਾਲ ਜਵਾਬ ਨਾਲ ਅਸੀਂ ਚਾਹਵਾਂਗੇ ਕਿ ਸਾਰਾ ਇੰਟਰੈਕਸ਼ਨ ਜਿਹੜਾ ਉਹ ਜਾਰੀ ਰਹੇ ਕਿਸਾਨ ਸਾਹਿਬ ਥੈਂਕ ਯੂ ਜੀ ਮੈਂ 15 ਮਿੰਟ ਦਾ ਬੋਲਣ ਨਹੀਂ 15 ਮਿੰਟ ਤਾਂ ਬਹੁਤ ਹੁੰਦਾ ਮੈਂ 5-7 ਮਿੰਟ ਦੂੰਗਾ ਤਾਂ ਮੈਨੂੰ ਘੱਟ ਦਿਓ ਛੋਟੋ ਕਿ ਆਪਣੀ ਕਹਾਣੀ ਦੱਸੀ ਜਾਣੀ ਕੋਈ ਆਈਡੀਆ ਨਹੀਂ ਕੋਈ ਵੀ ਇਸ ਵੇਲੇ ਪਤਾ ਕਿ ਮੈਂ ਆਪਣੇ ਬਾਰੇ ਕੀ ਕਹਾਂ ਜਿਹੜੀ ਤੁਹਾਨੂੰ ਦਿਲਚਸਪੀ ਹੈ ਸੋ ਅਸੀਂ ਜਿਹੜੇ ਬਹੁਤੇ ਤਾਂ ਸਵਾਲ ਜਵਾਬ ਪੁੱਛੋਗੇ ਤਾਂ ਉਹਦੇ ਵਿੱਚ ਇੱਕ ਗੱਲਬਾਤ ਹੋਏਗੀ ਤੁਹਾਨੂੰ ਬਹੁਤਿਆਂ ਨੂੰ ਪਤਾ ਵੀ ਮੈਂ 18 ਸਾਲ ਦੀ ਉਮਰ 'ਚ ਇੱਥੋਂ ਚਲੇ ਗਿਆ ਸੀ ਪੇਂਡੂ ਪਰਿਵਾਰ ਦੇ ਵਿੱਚੋਂ ਪੰਜਾਬੀ ਪਿੰਡ ਦੇ ਸਕੂਲਾਂ ਦਾ ਪੜ੍ਹਿਆ ਅਤੇ ਇੰਗਲੈਂਡ ਦੇ ਵਿੱਚ ਉਦੋਂ ਵੀ ਹੁੰਦਾ ਸੀ ਬਹੁਤ ਲੋਕਾਂ ਨੂੰ ਸ਼ੌਕ ਉਹਨਾਂ ਜ਼ਮਾਨੇ 'ਚ ਵਾਊਚਰ ਲੈ ਕੇ ਜਾਂਦੇ ਹੁੰਦੇ ਸੀ ਲੋਕ ਉੱਥੋਂ ਵਾਊਚਰ ਆਉਂਦਾ ਸੀ ਕਿ ਤੁਹਾਡੀ ਜੌਬ ਦਾ ਪਰਮਨੈਂਟ ਕਿਸੇ ਦਾ ਅਤੇ ਉਦੋਂ ਜਾਂਦੇ ਸੀ ਮੈਂ ਵਿੰਗੇ ਟੇਢੇ ਤਰੀਕੇ ਨਾਲ ਸਿੱਧਾ ਕਿਸੇ ਕਾਲਜ ਤੋਂ ਵਿੰਗੇ ਟੇਢੇ ਸਿੱਧੇ ਤਰੀਕੇ ਨਾਲ ਐਕਚੁਲੀ ਕਾਲਜ ਤੋਂ ਮੈਂ ਐਡਮਿਸ਼ਨ ਮੰਗਾ ਲਿਆ ਸੀ ਅਤੇ ਜਦੋਂ ਐਡਮਿਸ਼ਨ ਮਿਲਿਆ ਤਾਂ ਮੇਰੇ ਫਾਦਰ ਦਾ ਐਡਮਿਸ਼ਨ ਲੈ ਲਿਆ ਮੇਰੀ ਪੜ੍ਹ ਵੀ ਗਿਆ ਤੈਨੂੰ ਕੁਛ ਵੀ ਨਹੀਂ ਮਿਲਣਾ ਚਾਹਤੇ ਤਾਂ ਤੂੰ 5 ਘਰ ਖਰੀਦ ਲੈਣੇ ਆ ਪੜ੍ਹਾਈ ਪੜ੍ਹੂਈ ਕੀ ਕਰਨੀ ਆ ਸੋ ਇੱਦਾਂ ਦੇ ਵੀ ਆਉਂਦੇ ਤੁਹਾਨੂੰ ਜੇਲ ਚ ਮੈਂ ਉਸ ਵੇਲੇ ਮੰਨ ਲੈਂਦਾ ਉਹਨਾਂ ਦੀ ਗੱਲ ਖਰੀਦ ਸਕਦੀ ਹੋਰ ਨਹੀਂ ਸੀ ਇਹਦੇ ਜਦੋਂ ਮੈਂ ਲੰਡਨ ਮਿਲ ਸੀਗਾ ਤਾਂ ਬੰਦੇ ਕਹਿੰਦੇ ਸੀ ਉਹ ਤੂੰ ਇੱਥੇ ਵੱਟੇ ਖਿੱਚੀ ਜਾ ਯੂਨੀਅਨ ਵੇਜ ਆ ਪੈਸੇ ਬਹੁਤ ਆ ਅਤੇ ਮੈਂ ਕਿਹਾ ਮੈਂ ਤਾਂ ਪੜ੍ਹਨਾ ਚਾਹੁੰਦਾ ਉਦੋਂ ਮੈਂ ਨਾਈਟ ਸਕੂਲ ਜਾਂਦਾ ਹੁੰਦਾ ਉਹ ਤੂੰ ਪੜ੍ਹਨਾ ਦੇਖ ਮੇਰੇ ਕੋਲ 3 ਘਰ ਆ ਅੱਜ ਤੂੰ ਹੀ ਚੱਲੇਗਾ ਤੇਰੇ ਸਰ ਘਰ ਹੋ ਜਾਣੇ ਆ ਕੀ ਕਰਨਾ ਪੜ੍ਹ ਲੇਕਿਨ ਜਦੋਂ ਮੈਂ ਇੰਗਲੈਂਡ ਗਿਆ ਜਿੰਨੇ ਵੀ ਲੋਕ ਮੈਂ ਕੈਨੇਡਾ ਗਿਆ ਜਿੰਨੇ ਵੀ ਜਿਹੜਾ ਹੈਗਾ ਜਾਤ ਪਾਤ ਦੀ ਜਿਹੜਾ ਕੋੜ ਆ ਕਿ ਉਸ ਨੂੰ ਪਾਰ ਜਾ ਕੇ ਸਾਡੇ ਲੋਕਾਂ ਨੂੰ ਛੱਡਦਾ ਨਹੀਂ ਉਹ ਇਹ ਕਹਾਣੀ ਆ ਇੱਕ ਯੰਗ ਮੈਨ ਦੀ ਕਹਾਣੀ ਆ ਕਿ ਇੱਥੋਂ ਜਾ ਕੇ ਵੀ ਉਹਨੂੰ ਜਾਤ ਪਾਤ ਦਾ ਹਿੰਦੁਸਤਾਨੀ ਕਮਿਊਨਿਟੀ ਸਾਹਮਣਾ ਕਰਨਾ ਪੈਂਦਾ ਅਤੇ ਕਿੱਦਾਂ ਉਹ ਜਦੋਜਹਿਦ ਕਰਦਾ ਇਹਨਾਂ ਜਾਣ ਅਤੇ ਦੈਟਸ ਵਾਈ ਇਟਸ ਇਜ਼ ਅ ਪਾਸਟ ਇਜ਼ ਨੈਵਰ ਡੈਡ ਇਨ ਫੈਕਟ ਇਟਸ ਹੈਵ ਅ ਪਾਸਟ ਸਰ ਜਿਹੜਾ ਇਹ ਨੋਵਲ ਜਿਹੜਾ ਤੁਸੀਂ ਇਹ ਲਿਖਿਆ institution it's absolutely horrible it's inhumane it shouldn't exist par oh hai oh is karke bhi badhi janda aur oh inna jada phadiyan hai unne kyunki sada culture hai oh je feudal level dekho jada jadon capitalism hoda kise mushta utthe rationality aa jandi thodi bahut badi rationality hai na sadi thinking sadi politics oh are mera khayal as mulk moti nahi ਅਤੇ ਜਦੋਂ ਉਹ ਆ ਗਈ ਸ਼ਾਇਦ ਜਿਹੜਾ ਕਾਸਟ ਰੋਡ ਹੈ ਉਹ ਥੱਲੇ ਨੂੰ ਜਾਵੇ ਅਤੇ ਦੂਸਰੀ ਗੱਲ ਇਹ ਆ ਕਿ ਅਸੀਂ ਆਪਣੀਆਂ ਜਾਤੀ ਅਸੀਂ ਗੁਰਦੁਆਰਿਆਂ ਅੰਦਰਾਂ ਪੋਲੀਟੀਕਲ ਸਟੇਜਾਂ 'ਤੇ ਖੜ੍ਹ ਕੇ ਤਾਂ ਅਸੀਂ ਬਹੁਤ ਆਪਣੇ ਬੜੇ ਬਿਆਨ
ਧਿਆਨ ਦੇ ਦਿੰਦੇ ਹਾਂ, ਲੇਕਿਨ ਜੋ ਸਾਡੀ ਜਾਤੀ ਜ਼ਿੰਦਗੀ 'ਚ ਸਾਨੂੰ ਇਸ ਚੀਜ਼ ਨੂੰ ਕੰਫਰੰਟ ਕਰਨਾ ਪੈਂਦਾ ਅਤੇ ਅਸੀਂ ਬੁਜ਼ਦਿਲ ਹੋ ਜਾਂਦੇ। ਅਤੇ ਦੇਖੋ ਮੈਂ ਆਪਣੇ ਬੱਚਿਆਂ ਨੂੰ ਨੋਟ ਕੋਈ ਸ਼ੇਖੀ ਵਾਲੀ ਗੱਲ ਨਹੀਂ, ਲੇਕਿਨ ਅਨਕੋਨਸ਼ੀਅਸਲੀ ਬਿਨਾਂ ਸੋਚੇ ਸਮਝੇ ਮੇਰਾ ਮੈਂ ਆਪਣੇ ਬੱਚਿਆਂ ਨੂੰ ਕਦੇ ਛੋਟੇ ਹੁੰਦਿਆਂ ਨੂੰ ਨਾ ਧਰਮ ਬਾਰੇ ਕੋਈ ਗੱਲ ਕੀਤੀ ਸੀ ਨਾ ਜਾਤ ਬਾਰੇ। ਉਹਨਾਂ ਨੂੰ ਇੰਨਾ ਪਤਾ ਸੀ ਉਹ ਆਪਣੀ ਨਾਨੀ ਨਾਲ ਗੁਰਦੁਆਰੇ ਗਏ ਸੀ ਤਾਂ ਕੜਾਹ ਖਾ ਕੇ ਵਾਪਸ, ਉਹਨਾਂ ਦਾ ਧਰਮ ਨਾਲ ਕੜਾਹ ਜੋਗਾ ਸੰਬੰਧ ਸੀ। ਅਤੇ ਜਦੋਂ ਉਹਨਾਂ ਨੂੰ ਜਦੋਂ ਥੋੜ੍ਹੇ ਖੜੇ ਹੋ ਗਏ ਕੜਾਹ ਵਾਲਾ ਇੱਛਾ ਜਾਂਦੀ ਰਹੀ ਉਹ ਜਵਾਬ ਦੇ। ਦੇਖੋ ਕਿਸੇ ਕੋਈ ਵੀ ਟਿਪੀਕਲ ਨਹੀਂ ਹੁੰਦਾ, ਭਾਰਤੀ ਪੋਲੀਟੀਸ਼ੀਅਨ ਵੀ ਅਲੱਗ ਹੈਗੇ ਆ, ਬਹੁਤ ਬੰਦੇ ਹੈਗੇ ਆ, ਵੱਡੇ ਗਾਂਧੀ ਹੋਇਆ, ਨਹਿਰੂ ਹੋਇਆ, ਸ਼ਾਸਤਰੀ ਹੋਇਆ, ਬੰਦੇ ਹੈਗੇ ਆ ਜਿਹੜੇ ਹੋਏ ਆ, ਅਤੇ ਉਹ ਵੀ ਪੋਲੀਟੀਸ਼ੀਅਨ ਹੀ ਸੀਗੇ। ਪਟੇਲ ਹੋਇਆ, ਮੈਂ ਗੱਲ ਕਰਦਾ, ਅਤੇ ਹੁਣ ਵੀ ਤੁਹਾਡੇ ਹੈਗੇ ਆ ਇੱਥੇ, ਮੈਂ ਸੁਣਿਆ ਸੀ, ਮੈਂ ਜਾਣਦਾ ਤਾਂ ਹੈ ਨਹੀਂ ਉਹਨਾਂ ਨੂੰ, ਜਦੋਂ ਆਪ ਪਹਿਲਾਂ ਪਹਿਲਾਂ ਐਮ ਪੀ ਚੁਣੇ ਗਏ ਇੱਥੇ, ਕੋਈ ਮਿਸਟਰ ਗਾਂਧੀ ਆ ਗਏ ਆ, ਉਹਨਾਂ ਬਾਰੇ ਮੈਂ ਸੁਣਿਆ ਸੀ, ਉਹਨਾਂ ਬਾਰੇ ਮੈਂ ਸੁਣਿਆ ਸੀ, ਮੈਂ ਜਾਣ ਮਿਲਿਆ ਨਹੀਂ ਉਹਨਾਂ ਨੂੰ ਕਦੇ, ਅਤੇ ਮੈਨੂੰ ਲੱਗ ਮੈਂ ਸੁਣਿਆ ਉਹਨਾਂ ਬਾਰੇ ਚੰਗਾ। ਸੋ ਮਤਲਬ ਮੇਰੇ ਕਹਿਣ ਦਾ ਵੀ ਹਰ ਤਰ੍ਹਾਂ ਦੇ ਪੋਲੀਟੀਸ਼ੀਅਨ ਹੁੰਦੇ ਆ, ਅਤੇ ਹਿੰਦੁਸਤਾਨੀ ਪੋਲੀਟੀਸ਼ੀਅਨ ਬਾਰੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ, ਇਸੇ ਕਰਕੇ ਤੁਸੀਂ ਉਹਨਾਂ ਨੂੰ ਕਦੇ ਸੁਣਦੇ ਹੀ ਨਹੀਂ ਉਹ ਗੱਲ ਕਰਦੇ, ਹੌਸਲੇ ਦੀ ਗੱਲ, ਕੋਈ ਉਹ ਗੱਲ ਜਿਹੜੀ ਦੋ ਟੁੱਕ ਹੋਵੇ, ਉਹ ਗੱਲ ਜਿਹਦੇ ਨਾਲ ਸਮਾਜ ਅੱਗੇ ਨੂੰ ਜਾਵੇ, ਤੁਸੀਂ ਉਹਨਾਂ ਨੂੰ ਇਹੀ ਸੁਣਦੇ ਆ ਕਿ ਉਹ ਭੋਗਲ 'ਤੇ ਜਾ ਆਉਂਦੇ ਆ ਜਾਂ ਕਿਸੇ ਹੋਰ ਚੀਜ਼ 'ਤੇ ਜਾ ਆਉਂਦੇ ਆ, ਤੁਸੀਂ ਵੋਟਾਂ ਦੇ ਹੀ ਜਾਂਦੇ ਆ ਬੈਠੇ ਆ। ਸਾਡਾ ਇੱਕ ਮਾਸਟਰ ਹੁੰਦਾ ਸੀ, ਮਾਸਟਰ ਕਰਨੈਲ ਸਿੰਘ ਹੁੰਦੇ ਸੀਗੇ, ਹਿਸਟਰੀ ਪੜ੍ਹਾਉਂਦੇ ਹੁੰਦੇ ਸੀ, ਉਹ ਕਹਿੰਦੇ ਯਾਰ ਇੱਥੇ ਉਹਨਾਂ ਦਿਨਾਂ ਦੀ ਗੱਲ ਆ, ਉਹ ਕਹਿੰਦੇ ਇੱਥੇ ਵੀ ਪੋਲੀਟੀਸ਼ੀਅਨ ਬਹੁਤੇ ਇੱਦਾਂ ਦੇ ਆ, ਪੁੱਛੇ ਨਹੀਂ ਇੱਥੇ, ਮੈਂ ਆਪਣੇ ਤੋਂ ਸਾਂਝਾ ਦੀ ਗੱਲ ਆ, ਕਹਿੰਦੇ ਉਹ ਸਾਰਾ ਤਾਂ ਬਦਸ ਫੜਿਆ, ਉਹਦਾ ਅੱਖਾਂ ਮਿੱਟੀਆਂ ਹੁੰਦੀਆਂ, ਜਦੋਂ ਵੋਟ ਹੁੰਦੀ ਹੱਥ ਖੜਾ ਕਰਦੇ ਨਹੀਂ ਕਰਦੇ, ਡਿਪੈਂਡਿੰਗ ਉਹਨਾਂ ਨੇ ਪਾਰਟੀ ਨੂੰ ਕੀ ਦੱਸਿਆ। ਸੋ ਮਤਲਬ ਜੇ ਸੋ ਉੱਥੇ ਜਿਹੜੇ ਸੈਕਿੰਡ ਕਿਸਮ ਦੇ ਲੋਕ ਆ ਉਹ ਜਾਂਦੇ ਆ ਜਿਨ੍ਹਾਂ ਦੀ ਕੋਈ ਕਮਿਟਮੈਂਟ ਆ ਚੇਂਜ ਕਰਨ ਦੀ ਸੋਸਾਇਟੀ, ਜਿੱਦਾਂ ਮੇਰੇ ਤੋਂ ਪਹਿਲਾਂ ਜਿਹੜਾ ਚੋਣ ਹੋਇਆ ਸੀ ਐਮ ਐਲ ਏ ਮੋਸੋਲੀ ਗੱਲ ਜੀ ਵੀ ਗੋਰਿਆਂ 'ਤੇ ਕਿਸੇ ਨੇ ਰਾਜ ਨਹੀਂ ਕੀਤਾ, ਇਹ ਕੋਨਸੈਪਟ ਆਪਣੇ ਦਿਮਾਗ 'ਚੋਂ ਕੱਢ ਲਿਓ ਕਿ ਜੇ ਮੈਂ ਉੱਥੇ ਪ੍ਰੀਮੀਅਰ ਬਣਿਆ ਤਾਂ ਮੈਂ ਗੋਰਿਆਂ 'ਤੇ ਰਾਜ ਕੀਤਾ। ਆਈ ਐਮ ਸੋਰੀ, ਦਿਸ ਇਜ਼ ਜਸਟ ਐਨ ਐਬਸੋਲੂਟਲੀ ਇਨਅਪਰੋਪਰੀਏਟ ਵੇ ਆਫ ਲੁਕਿੰਗ ਐਟ ਇਟ। ਇੱਕ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਦਾ ਮੈਂ ਹੈੱਡ ਸੀ, ਰਾਜ ਤਾਂ ਨਾ ਹੋਇਆ, ਤੁਸੀਂ ਮੋਦੀ ਨੂੰ ਰਾਜ ਨਾ ਨਾ ਕਹੋ, ਉਹ ਤੁਹਾਡਾ ਡੈਮੋਕ੍ਰੈਟਿਕਲੀ ਇਲੈਕਟਿਡ ਪ੍ਰਾਈਮ ਮਿਨਿਸਟਰ ਹੈ, ਜੇ ਤੁਸੀਂ ਉਹਨੂੰ ਇੱਦਾਂ ਦੇਖੋਗੇ ਉਹ ਤੁਹਾਡਾ ਡੈਮੋਕ੍ਰੈਟਿਕਲੀ ਇਲੈਕਟਿਡ ਪਬਲਿਕ ਸਰਵੈਂਟ ਹੈ ਨਾ, ਫਿਰ ਸਮਾਜ ਠੀਕ ਹੋ। ਜੇ ਤੁਸੀਂ ਉਹਨੂੰ ਕਹੋਗੇ ਡੈਮੋਕ੍ਰੈਟਿਕਲੀ ਇਲੈਕਟਿਡ ਰਾਜਾ ਤੁਹਾਡਾ, ਸਮਾਜ ਨਹੀਂ ਠੀਕ ਹੋ। ਕਦੇ ਬਣਦਾ ਜਦੋਂ ਉਹ ਵੋਟਾਂ ਮੰਗਣ ਆਉਂਦੇ ਸਾਰੇ ਤੁਹਾਡੇ ਕੋਲ, ਉਹ ਹੱਥ ਟੇਕੇ ਦਿਓ, ਮੱਥੇ ਟੇਕਦੇ ਸਾਨੂੰ ਵੋਟਾਂ ਦਿਓ, ਜਿੱਦਣ ਉਹ ਵੋਟਾਂ ਲੈ ਕੇ ਚਲੇ ਜਾਂਦੇ ਫਿਰ ਤੁਸੀਂ ਉਹਨਾਂ ਦੇ ਮਗਰ ਫਿਰਦੇ, ਲੈ ਲੈਣੀਆਂ ਕੱਢਦੇ ਰਿਹਾ, ਸਾਡਾ ਕੰਮ ਕਰਦੇ ਹੋ। ਸੋ ਬਿਗਿਨ ਟੂ ਥਿੰਕ ਇਨ ਡਿਫਰੈਂਟ ਟਰਮਸ, ਜਿਹੜੇ ਤੁਹਾਡੇ ਇਲੈਕਟਿਡ ਐਮ ਐਲ ਏ ਆ, ਤੁਹਾਡੇ ਚੀਫ ਮਿਨਿਸਟਰ ਆ, ਤੁਹਾਡੇ ਪ੍ਰਾਈਮ ਮਿਨਿਸਟਰ ਆ, ਉਹ ਤੁਹਾਡੇ ਰਾਜੇ ਨਹੀਂ, ਉਹ ਤੁਹਾਡੇ ਸਰਵੈਂਟ। ਐਂਡ ਸੋ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪਾੜਾ, ਮਤਲਬ ਮੈਨੂੰ ਬਾਕੀ ਸਵਾਲ ਦਾ ਦੁਬਾਰਾ ਦੱਸਿਓ ਤੁਸੀਂ ਪੁੱਛਣਾ ਚਾਹੁੰਦੇ ਸੀ। ਮੈਨੂੰ ਇੰਜ ਲੱਗਾ, ਉਹ ਤੋਂ ਬਾਅਦ ਮੈਂ ਜਦੋਂ ਵੀ ਕਿਤੇ ਜਾਣਾ ਤਾਂ ਲੋਕ ਮੈਨੂੰ ਦੂਰੋਂ ਪਛਾਣ ਕੇ ਆ ਕੇ ਮੇਰੇ ਨਾਲ ਹੱਥ ਬਣਾਉਂਦੇ ਹੁੰਦੇ ਸੀ ਸਾਰੇ, ਤੇ ਮੈਂ ਮਹਿਸੂਸ ਕੀਤਾ ਵੀ ਉਹਨੇ ਫਿਰ ਉਹ ਤੋਂ ਬਾਅਦ ਮੇਰਾ ਰੰਗ ਦੇਖਣਾ ਬੰਦ ਕਰ ਦਿੱਤਾ। ਸੋ ਕੈਨੇਡਾ ਦੇ ਵਿੱਚ ਬਹੁਤ ਸਾਰੇ ਚੰਗੇ ਲੋਕ, ਅਤੇ ਤੁਸੀਂ ਕਹੋ ਨਾ ਰੇਸਿਜ਼ਮ, ਮੈਂ ਕਹਾਂ ਉੱਥੇ 95% ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਰੇਸਿਸਟ ਨੇ। ਰੰਗਲਾ ਪੰਜਾਬ ਦਾ ਕੋਨਸੈਪਟ ਮੈਨੂੰ ਬਹੁਤਾ ਹੀ ਪਤਾ ਹੈ, ਕਿਉਂਕਿ ਦੇਖੋ ਮੈਂ 1964 ਦਾ ਗਿਆ, ਉਹ ਜਿਹੜੇ ਇੱਥੇ ਪੋਲੀਟਿਕਸ ਦੇ ਜੁਮਲੇ ਆ ਮੈਨੂੰ ਉਹਨਾਂ ਬਾਰੇ ਕੋਈ ਕੋਈ ਬਹੁਤਾ, ਆ ਜੁਮਲਾ ਵੀ ਮੈਂ ਹੁਣ ਸਿੱਖਿਆ ਜਦੋਂ ਮੋਦੀ ਸਰਕਾਰ ਆਉਣ ਤੋਂ ਬਾਅਦ ਜੁਮਲਾ ਲਾਭ ਹੁੰਦਾ ਕੋਈ, ਅਤੇ ਮੈਨੂੰ ਪੰਜਾਬੀ ਵੀ ਬਹੁਤੀ ਭੁੱਲੀ ਹੋ, ਕਿਉਂਕਿ ਜਿਹੜੇ ਪੰਜਾਬੀ ਦੇ ਤੁਸੀਂ ਔਖੇ ਲਫ਼ਜ਼ ਵਰਤਦੇ ਆ ਜਾਂ ਹਿੰਦੀ ਦੇ, ਮੈਨੂੰ ਉਹ ਸਮਝ ਨਹੀਂ ਆਉਂਦੇ, ਅਤੇ ਮੇਰੀ ਪੰਜਾਬੀ 60s ਵਾਲੀ ਪੰਜਾਬੀ ਆ ਉਹ ਜਿਹੜੀ ਮੈਂ ਲੈ ਕੇ ਗਿਆ ਸੀ। ਅਤੇ ਦੇਖੋ ਪੰਜਾਬ ਜਿਹੜਾ ਨਾ, ਜੇ ਪੰਜਾਬ ਨੂੰ ਤੁਸੀਂ, ਮੈਂ ਇੱਕ ਵਾਰੀ ਇੱਥੇ NRI ਦੇ ਦਿਨ 'ਤੇ ਬੋਲਿਆ, ਮਿਸਟਰ ਬਾਦਲ ਵੱਲੋਂ ਮੁੱਖ ਮੰਤਰੀ ਹੁੰਦੇ ਸੀ, ਜਲੰਧਰ ਕਾਨਫਰੰਸ ਸੀ,
ਤਾਂ ਮੈਂ ਐਂਡ ਤੇ ਕਿਹਾ ਵੀ ਮੇਰਾ ਪੰਜਾਬ ਭੁੱਖ ਵਸਦਾ ਰਹੇ। ਤਾਂ ਉਹ ਜਿਹੜੇ ਬੰਦੇ ਸੀ ਸਾਰੇ ਨੌਜਵਾਨ ਬੰਦੇ ਮੋਹਰੇ ਕਹਿੰਦੇ ਕਿ ਠੀਕ ਹੈ, ਫਿਰ ਆਓ ਜੋਬਸ ਕ੍ਰੀਏਟ ਕਰੋ ਅਤੇ ਫਿਰ ਲੋਕਾਂ ਨੂੰ ਦੱਸੋ ਜਿਹੜਾ ਸਰਕਾਰ ਆ, ਸਰਕਾਰ ਦਾ ਫਰਜ਼ ਇਹ ਨਹੀਂ ਕਿ ਤੁਹਾਨੂੰ 6% ਸਰਕਾਰੀ ਨੌਕਰੀਆਂ 100% ਲੋਕਾਂ ਨੂੰ ਫਿੱਟ ਕਰ ਲਵੇ। ਸਰਕਾਰ ਦਾ ਫਰਜ਼ ਇਹ ਆ ਕਿ ਇਹੋ ਜਿਹੀਆਂ ਇਕਨੋਮਿਕ ਅਤੇ ਕਲਚਰਲ ਕੰਡੀਸ਼ਨ ਕ੍ਰੀਏਟ ਕਰੇ ਜਿਹਦੇ ਨਾਲ ਇੰਡਸਟਰੀ ਵਧੇ, ਨੌਕਰੀਆਂ ਵਧਣ, ਤਾਂ ਕਿ ਲੋਕਾਂ ਨੂੰ ਨੌਕਰੀਆਂ ਮਿਲ ਸਕਣ। ਅਤੇ ਤੁਹਾਡੇ ਜਿਹੜੇ ਸੱਚੇ ਲੀਡਰ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਉੱਠ ਕੇ ਵੀ ਸਰਕਾਰ ਤੋਂ ਨੌਕਰੀਆਂ ਨਾ ਮੰਗਿਆ ਕਰੋ, ਸਰਕਾਰ ਕੋਲ ਨੌਕਰੀਆਂ ਹੈ ਨਹੀਂ। ਸਰਕਾਰ ਨੂੰ, ਸਰਕਾਰ ਦਾ ਫਰਜ਼ ਆ ਵੀ ਇਹੋ ਜਿਹਾ ਕੰਡੀਸ਼ਨ ਪੈਦਾ ਕਰੇ ਜਿਹਦੇ ਨਾਲ ਲੋਕ ਆਪਣੀਆਂ ਨੌਕਰੀਆਂ ਆਪ ਪੈਦਾ ਕਰਨ। ਦੋਸਾਂਗ ਸਾਹਿਬ, ਇੱਕ ਛੋਟਾ ਜਿਹਾ ਮੇਰਾ ਸਵਾਲ ਹੈ ਤੁਹਾਨੂੰ। ਪੰਜਾਬੀਆਂ ਨੇ ਆਪਣਾ ਪਾਣੀ ਗੰਦਾ ਕਰ ਲਿਆ, ਪੰਜਾਬੀਆਂ ਨੇ ਆਪਣਾ ਵਾਤਾਵਰਣ ਗੰਦਾ ਕਰ ਲਿਆ, ਉਹਦੇ ਲਈ ਤੁਹਾਡਾ ਕਿਆ ਸੰਦੇਸ਼ ਹੈ ਪੰਜਾਬੀਆਂ ਲਈ ਅੱਜ ਦੇ ਟਾਈਮ 'ਚ? ਕਿਉਂਕਿ ਤੁਸੀਂ ਪੰਜਾਬ 'ਚੋਂ ਗਏ, ਉਸ ਟਾਈਮ ਤਾਂ ਬਹੁਤ ਅੱਛਾ ਇਨਵਾਇਰਮੈਂਟ ਸੀ, ਸਾਡੀ ਐਗਰੀਕਲਚਰ ਸਟੇਟ ਕਹਿਲਾਈ ਜਾਂਦੀ, ਪਰ ਐਗਰੀਕਲਚਰ ਦੇ ਨਾਲ ਨਾਲ ਅਗਰ ਇਨਸਾਨ ਰਹੇਗਾ ਤਾਂ ਹੀ ਸਾਰਾ ਕੁਛ ਹੋਏਗਾ। ਮੈਨੂੰ ਬਹੁਤਾ ਇਮੀਗ੍ਰੇਸ਼ਨ ਦੇ ਮਾਮਲੇ ਬਾਰੇ ਨਹੀਂ, ਅੱਜ ਕੱਲ੍ਹ ਮੈਨੂੰ ਇਮੀਗ੍ਰੇਸ਼ਨ ਦੇ ਕਾਨੂੰਨ ਬਾਰੇ ਵੀ ਨਹੀਂ ਪਤਾ ਹੈ, ਕਿਉਂਕਿ ਮੈਂ ਇਮੀਗ੍ਰੇਸ਼ਨ ਦਾ ਕੰਮ 1977-78 'ਚ ਇੱਕ ਦੋ ਕੇਸ ਕੀਤੇ ਸੀ, ਮੈਂ ਛੱਡ ਦਿੱਤਾ ਸੀ, ਕਿਉਂਕਿ ਇਹ ਗੰਦਾ ਧੁੰਦਾ, ਇਹਦੇ ਵਿੱਚ ਜਾਣ ਵਾਲੇ ਲੋਕ ਵੀ ਝੂਠ ਬੋਲਦੇ ਆ, ਉੱਥੋਂ ਵਾਲੇ ਵਕੀਲ ਤਾਂ ਏਜੰਟ ਵੀ ਤਕਰੀਬਨ ਅੱਧਾ ਝੂਠ ਤੁਹਾਨੂੰ ਦੱਸਦੇ ਆ ਜੇ ਹੁਣ ਤੁਹਾਨੂੰ ਵਰਗਲਾਉਣਾ ਆ। ਅਤੇ ਮੇਥੋਂ ਇਹ ਕੰਮ ਹੁੰਦਾ ਨਹੀਂ ਸੀ, ਮੈਂ ਤੁਹਾਨੂੰ ਦੱਸਦਾ ਕਹਾਣੀ ਦੱਸਦਾ। ਇੱਕ ਨੁੱਕ ਸੀ, ਉਹਦੇ ਮਾਂ ਬਾਪ ਦੀ ਅਰਜ਼ੀ ਸੀ, 1978 ਦੀ ਗੱਲ ਹੈ, ਅਤੇ ਨਾਲ ਉਹਦੇ 2-3 ਭਰਾ ਭੈਣ ਸੀ। ਅਤੇ ਮੈਂ ਬਹੁਤ ਕੋਸ਼ਿਸ਼ ਕੀਤੀ ਬੋਰਡ ਆਫ ਜਿਹੜੀ ਇਮੀਗ੍ਰੇਸ਼ਨ ਅਪੀਲ ਬੋਰਡ ਦੇ ਸਾਹਮਣੇ ਬਹੁਤ ਆਰਗੂ ਕੀਤਾ, ਅਸੀਂ ਇੰਨੀ ਕੁ ਗੱਲ ਤੋਂ ਉਹ ਕੇਸ ਹਾਰ ਗਏ। ਅਤੇ ਕਿੱਸਾ ਇਹ ਸੀ ਵੀ ਉਹ ਸਰਕਾਰ, ਕੈਨੇਡੀਅਨ ਸਰਕਾਰ ਕਹਿੰਦੀ ਸੀ ਕਿ ਜਿਹੜਾ ਆਹ ਬੱਚਾ ਹੈ ਇਹਦਾ ਭਰਾ ਨਹੀਂ ਹੈ, ਇਹ ਝੂਠ ਬੋਲ ਰਿਹਾ। ਉਹ ਕਹੀ ਜਾਂਦਾ ਸੀ ਮੇਰਾ ਭਰਾ ਹੈ, ਮੈਂ ਆਰਗੂ ਕੀਤਾ। ਦੇਖੋ, ਜਦੋਂ ਮੈਂ ਥੋੜੇ ਵਕਤ ਲਈ ਸੀ, ਸਾਡੀ ਜਿਹੜੀ ਪਾਰਟੀ ਸੀ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੀ ਸੀ, ਤੇ ਮੈਨੂੰ ਕਿਸੇ ਨੇ ਸਿਫਾਰਿਸ਼ ਕੀਤੀ, ਮੇਰੇ 2-3 ਐਡਵਾਈਜ਼ਰ ਸੀ, ਪ੍ਰਿੰਸੀਪਲ ਸੈਕਟਰੀ ਸੀ, ਅਸੀਂ ਉਹਦਾ ਮਾਮਾ ਅਤੇ ਉਹਦੀ ਮਾਂ ਦੋਹਾਂ ਨੂੰ ਇਸ ਪ੍ਰੋਸੈਸ ਦੇ ਥੱਲੇ ਇੱਥੇ ਲਿਆ ਕੇ ਉਹਨਾਂ ਦੀ ਟ੍ਰਾਇਲ ਹੋ ਰਹੀ ਆ ਜਾਂ ਹੋਈ ਆ ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ। ਸੋ ਇਹ ਪ੍ਰੋਸੈਸ ਹੈ, ਉਹਦੇ ਵਿੱਚ ਪੋਲੀਟਿਕਸ ਦਾ ਕੁਛ ਨਹੀਂ। ਲੇਕਿਨ ਸਰ, ਇਸ ਤਰ੍ਹਾਂ ਦਾ ਕੋਈ ਐਕਟ ਬਣੇ ਕਿ ਅਗਰ ਕੋਈ ਇੱਥੇ ਮੋਸਟ ਵਾਂਟਡ ਹੈ, ਜਦੋਂ ਤੱਕ ਇੱਥੋਂ ਸਬੂਤ ਉੱਥੇ ਜਾਣਗੇ, ਬੱਲਾ ਕੁਛ ਹੀ ਘੰਟੇ ਭੱਜ ਜਾਂਦਾ, ਫਿਰ ਉਹਦਾ ਪਤਾ ਲਗਾਉਣ ਦੇ ਵਿੱਚ ਕਦੇ ਕੁਛ ਜਾਰੀ ਹੁੰਦੇ ਨੇ, ਕਦੇ ਰੈਡ ਫੋਰਟ। ਲੇਕਿਨ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇ ਮੂਸੇ ਵਰਗੇ ਵਾਲੇ ਕਿਡ ਜਿਹੜੇ ਆ ਉਹ ਤੁਹਾਡੇ ਹੀਰੋਜ਼ ਹੋਣਗੇ ਨਾ, ਫਿਰ ਤੁਹਾਡਾ ਰੱਬ ਰਾਖਾ। ਉਹਨਾਂ ਨੂੰ ਹੀਰੋ ਕਰਕੇ ਪੇਸ਼ ਨਾ ਕਰੋ। ਇਟਸ ਟ੍ਰੈਜਿਕ ਕਿ ਕਿਸੇ ਮਨੁੱਖ ਦੀ ਡੈਥ ਹੋਈ ਆ, ਗੋਲੀਆਂ ਨੂੰ ਹੋਈ, ਜਿੱਦਾਂ ਮਰਜ਼ੀ ਹੋਈ ਆ, ਉਹਦੇ ਜਿਹੜੇ ਕਿਲਰਸ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਐਕਸਪਲੇਨੇਸ਼ਨ ਰਿਕੁਐਸਟ ਹਿੰਦੁਸਤਾਨ ਤੋਂ ਜਾਣਾ ਚਾਹੀਦਾ। ਅਤੇ ਜਦੋਂ ਜਾਂਦਾ, ਐਗਜ਼ਾਮਪਲ ਦੇ ਕੇ ਹਟਿਆ, ਜਦੋਂ ਜਾਂਦਾ ਪ੍ਰੋਪਰ ਐਕਸਪਲੇਨੇਸ਼ਨ ਰਿਕੁਐਸਟ, ਤਾਂ ਉਹਨੂੰ ਉਹ ਕਬੂਲ ਕਰਕੇ ਫਿਰ ਉਹਦੀ ਇਨਵੈਸਟੀਗੇਸ਼ਨ ਕਰਕੇ ਬੰਦਿਆਂ ਨੂੰ ਭੇਜਦੇ ਆ। ਸੋ ਆਪਾਂ ਕਈ ਦਫ਼ਾ ਨਾ ਕੈਨੇਡਾ ਇੰਡੀਆ ਦੇ ਜਿਹੜੇ ਰਿਲੇਸ਼ਨਸ ਆ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਦੇ ਆਧਾਰ 'ਤੇ ਫਿਰ ਪੂਰੇ ਬਣਾ ਦਿੰਦੇ ਰੱਖਾ ਸੀ ਕਹਿੰਦੇ। ਤਾਂ ਮੈਨੂੰ ਜਦੋਂ ਲੈ ਕੇ ਚਲੇ ਗਏ ਤਾਂ ਅਸੀਂ ਉਹ ਛੋਟਾ ਜਿਹਾ ਪਾਲਮ ਏਅਰਪੋਰਟ, ਇੰਨੀ ਬਿਲਡਿੰਗ ਹੁੰਦੀ ਸੀ, ਇਹ ਤੋਂ ਥੋੜ੍ਹੀ ਜਿਹੀ ਵੱਡੀ ਹੋ ਗਈ, ਜਿਹਦੇ ਅੰਦਰ ਜਾ ਕੇ ਤਾਂ ਸਮਾਨ ਚੈੱਕ ਕਰਨਾ, ਉਹ ਰੋਲਰ ਜਿਹਾ ਲੱਗੇ ਹੋਏ ਸੀ ਉਹ ਧੱਕ ਦੇਣਾ, ਫਿਰ ਉਹ ਕਿਸੇ ਨੇ ਲੈ ਕੇ ਤਾਂ ਉਹ ਰੋਈ ਜੇ ਲੈ ਕੇ ਉਹਨਾਂ ਨੇ ਜਹਾਜ਼ 'ਤੇ ਚੜ੍ਹ ਦੇਣਾ। ਉਹ ਮੈਨੂੰ ਉਹਨਾਂ ਨੇ ਜੱਫੀ ਪਾਈ ਤਾਂ ਮੈਨੂੰ ਉਹ ਕਹਿੰਦੇ ਚੰਗਾ ਬਾਈਕ ਨੂੰ ਜਾ, ਔਰ ਅਸੀਂ ਸਮਾਨ ਪਰੇ ਨੂੰ ਕਰ, ਤਾਂ ਮੈਂ ਨਿਕਲ ਕੇ ਪਲੇਨ ਨੂੰ ਤੁਰ ਪਿਆ। ਉਹ ਜਦੋਂ ਮੈਂ ਪਲੇਨ ਦੇ ਲਾ ਕੇ ਗਿਆ, ਉਹਨਾਂ ਜ਼ਮਾਨਿਆਂ ਦੇ ਵਿੱਚ ਪਲੇਨ ਦੇ ਨਾਲ ਨਾ ਰੱਸੀ ਬੰਨ੍ਹ ਦਿੰਦੇ ਹੁੰਦੇ ਸੀ ਪੌੜੀ ਦੇ ਨਾਲ,
ਇਹਦੇ ਇੱਕ ਡੰਡਾ ਜਿਹਾ ਰੱਖ ਦੇਣਾ ਤਾਂ ਕਿ ਰੱਸੀ ਦੇ ਦੂਜੇ ਪਾਸੇ ਜਿਹੜੇ ਦੂਜੇ ਬੰਦੇ ਆ ਉਹ ਪਲੇਨ ਵਿੱਚ ਨਾ ਜਾ ਸਕਣ। ਤਾਂ ਮੈਂ ਦੇਖਿਆ ਤਾਂ ਮੇਰੇ ਖੱਬੇ ਪਾਸੇ ਰੱਸੀ ਦੇ ਪਾਰ ਮੇਰੇ ਫਾਦਰ ਖੜੇ। ਤਾਂ ਮੈਨੂੰ ਕਹਿੰਦੇ ਮੈਂ ਤਾਂ ਕਿਹਾ ਵੀ ਮੈਂ ਪਾਏ ਕਰਿਆ ਆ ਤੇ ਹੁਣ ਚੱਲੀਏ। ਉਹ ਪਾਈ ਕਿ ਨਸਾ ਗਿਆ ਇੰਦਰਾ। ਮੈਨੂੰ ਕਹਿੰਦੇ ਇਹ ਵੀ ਗੱਲਾਂ ਮੈਨੂੰ ਹੁਣ ਤਫਸੀਰ ਤਾਂ ਯਾਦ ਨਹੀਂ ਹੈ ਪਹਿਲੀਆਂ ਦੋ ਦੀ, ਲੇਕਿਨ ਆਖਰੀ ਦੀ ਯਾਦ ਹੈ। ਮੈਨੂੰ ਕਹਿੰਦੇ ਇੱਕ ਤਾਂ ਤੂੰ ਬਾਹਰਲੇ ਮੁਲਕ ਜਾਣਾ, ਜੇ ਤੇਰਾ ਜੀ ਕਰੇ ਵਾਲ ਖਾਉਣ ਨੂੰ ਤਾਂ ਬਣਾ ਲੈ। ਤਾਂ ਦੂਜਾ ਕਹਿੰਦੇ ਵੀ ਜੇ ਸ਼ਰਾਬ ਪੀਣ ਨੂੰ ਜੀ ਕੀਤਾ ਬਹੁਤੀ ਨਹੀਂ ਪੀਂਦੀ, ਪੀ ਲਈ ਵੀ ਥੋੜ੍ਹੀ ਜਿਹੀ ਜੀ ਕਰੇ ਤਾਂ ਬਹੁਤੀ ਨਹੀਂ ਪੀਂਦੀ। ਜੇ ਕਹਿੰਦੇ ਮੈਂ ਤੈਨੂੰ ਸਿਗਰਟ ਪੀਂਦੇ ਦੇ ਲਿਆ ਵੱਢ ਦੇਣ। ਦੋਸਾਂਗ ਸਾਹਿਬ ਇੱਕ ਛੋਟਾ ਜਿਹਾ ਮੇਰਾ ਸਵਾਲ ਹੈ ਤੁਹਾਨੂੰ। ਪੰਜਾਬੀਆਂ ਨੇ ਆਪਣਾ ਪਾਣੀ ਗੰਦਾ ਕਰ ਲਿਆ, ਪੰਜਾਬੀਆਂ ਨੇ ਆਪਣਾ ਵਾਤਾਵਰਣ ਗੰਦਾ ਕਰ ਲਿਆ, ਉਹਦੇ ਲਈ ਤੁਹਾਡਾ ਕਿਆ ਸੰਦੇਸ਼ ਹੈ ਪੰਜਾਬੀਆਂ ਲਈ ਅੱਜ ਦੇ ਟਾਈਮ 'ਚ? ਕਿਉਂਕਿ ਤੁਸੀਂ ਪੰਜਾਬ 'ਚੋਂ ਗਏ, ਉਸ ਟਾਈਮ ਤਾਂ ਬਹੁਤ ਅੱਛਾ ਇਨਵਾਇਰਮੈਂਟ ਸੀ, ਸਾਡੀ ਐਗਰੀਕਲਚਰ ਸਟੇਟ ਕਹਿਲਾਈ ਜਾਂਦੀ, ਪਰ ਐਗਰੀਕਲਚਰ ਦੇ ਨਾਲ ਨਾਲ ਅਗਰ ਇਨਸਾਨ ਰਹੇਗਾ ਤਾਂ ਹੀ ਸਾਰਾ ਕੁਛ ਹੋਏਗਾ। ਅਸੀਂ ਅੱਜ ਉਸ ਦੌਰ 'ਤੇ ਪਹੁੰਚ ਗਏ ਜਦ 44 ਡਿਗਰੀ ਟੈਂਪਰੇਚਰ ਸਾਡੇ ਪੰਜਾਬ 'ਚ ਪਹੁੰਚ ਗਿਆ। ਇਸ ਦੇ ਬਾਰੇ ਤੁਸੀਂ ਕੁਛ ਸੰਦੇਸ਼ ਦਿਓਗੇ? ਬਹੁਤ ਕ੍ਰਿਟੀਕਲ ਹੋ ਗਿਆ ਉਹਨਾਂ ਦੇ ਉੱਤੇ ਸਵਾਲ ਪੁੱਛਦੇ ਆ, ਅਤੇ ਮੇਰੇ ਤੋਂ ਸੱਚ ਤੋਂ ਬਿਨਾਂ ਰਹਿ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹ ਮੇਰਾ ਹੱਕ ਨਹੀਂ ਬਣਦਾ ਕਿ ਮੈਂ ਨੁਕਤਾਚੀਨੀ ਕਰਾਂ ਕਿਸੇ ਵਿਅਕਤੀ ਦੀ ਜਾਂ, ਲੇਕਿਨ ਇੰਨਾ ਮੈਂ ਕਹਿ ਸਕਦਾ ਕਿ ਪੰਜਾਬ ਦਾ ਪਾਣੀ ਉਹ ਪਾਣੀ ਨਹੀਂ ਜਿਹੜਾ ਮੈਂ 1964 'ਚ ਛੱਡਿਆ ਸੀ, ਅਤੇ ਪੰਜਾਬ ਦਾ ਪਾਣੀ ਉਨਾ ਉੱਤੇ ਨਹੀਂ ਜਿੰਨਾ ਮੈਂ ਛੱਡ ਛੱਡਿਆ ਸੀ। ਹੁਣ ਤਾਂ ਬਹੁਤ ਡੂੰਘਾ ਹੋ ਗਿਆ ਔਰ ਉਹ ਇਹ ਚੀਜ਼ਾਂ ਹੌਸਲੇ ਨਾਲ ਖਤਮ ਹੋਣੀਆਂ, ਹੌਸਲੇ ਨਾਲ ਇੱਦਾਂ ਖਤਮ ਹੋਣੀਆਂ ਕਿ ਜਦੋਂ ਝੋਨਾ ਲਾਈ ਜਾਓਗੇ ਅਤੇ ਜੇ ਝੋਨਾ ਲਾਈ ਜਾਓਗੇ ਤਾਂ ਪਾਣੀ ਜਿਹੜਾ ਤੁਹਾਡਾ ਥੱਲੇ ਜਾ ਹੀ ਜਾਣਾ। ਸਰਕਾਰ ਦੇ ਕੋਲ, ਤੁਹਾਡੇ ਲੀਡਰਾਂ ਕੋਲ ਤਾਕਤ ਹੋਣੀ ਚਾਹੀਦੀ ਆ ਕਿ ਕਹਿਣ ਵੀ ਆਹ ਕੰਮ ਨਾ ਕਰੋ, ਇਹ ਹੁਣ ਇਹ ਇਲੀਗਲ ਹੈ ਅਤੇ ਤੁਸੀਂ ਉਹ ਝੋਨਾ ਲਾ ਹੀ ਨਹੀਂ ਸਕਦੇ। ਤੁਸੀਂ ਜਿਹੜੀ ਆ ਉਹ ਫਸਲਾਂ ਦੀ ਤਬਦੀਲੀ ਕਰੋ, ਇੱਕ ਸਾਲ ਇੱਕ ਫਸਲ ਲਾਓ, ਦੂਜੇ ਸਾਲ ਦੂਜੀ ਫਸਲ ਲਾਓ। ਅੱਗੇ ਨਾ ਰੋਟੇਸ਼ਨ ਹੁੰਦੀ ਹੁੰਦੀ ਸੀ ਨਾ, ਕਿਤੇ ਕਣਕ ਲਾ ਦੇਣੀ, ਕਿਸੇ ਨੇ ਮੱਕੀ ਲਾ ਦੇਣੀ, ਫਿਰ ਗੰਨੇ ਲਾ ਦੇਣੇ, ਫਿਰ ਕਪਾਹ ਲਾ ਦੇਣੀ ਖੇਤਾਂ 'ਚ। ਉਹ ਰੋਟੇਸ਼ਨ ਹੁੰਦੀ ਸੀ, ਤੁਹਾਡੀ ਜ਼ਮੀਨ ਵੀ ਬਚੀ ਹੋਈ ਸੀ, ਤੁਹਾਡਾ ਪਾਣੀ ਵੀ ਬਚਿਆ ਹੋਇਆ ਸੀ। ਤਾਂ ਮੈਂ ਤਾਂ ਬਹੁਤਾ ਇਹਨਾਂ ਚੀਜ਼ਾਂ ਬਾਰੇ ਪੜ੍ਹਿਆ ਨਹੀਂ, ਪਰ ਬੁਨਿਆਦੀ ਤੌਰ 'ਤੇ ਤਾਂ ਇਹ ਲੋਕਾਂ ਦੀ ਕਮਜ਼ੋਰੀ ਇਹ ਹੈ ਕਿ ਲੋਕ ਸਰਕਾਰ ਨੂੰ ਮਜਬੂਰ ਨਹੀਂ ਕਰਦੇ ਵੀ ਇਹੋ ਜਿਹਾ ਕਾਨੂੰਨ ਲੈ ਕੇ ਆਵੇ ਤਾਂ ਕਿ ਝੋਨਾ ਬੰਦ ਹੋਵੇ, ਪਾਣੀ ਦੀ ਜਿਹੜੀ ਖਪਤ ਆ ਜ਼ਿਆਦਾ ਉਹ ਬੰਦ ਹੋਵੇ, ਪਾਣੀ ਨੂੰ ਪ੍ਰੋਟੈਕਟ ਕੀਤਾ ਜਾਵੇ। ਲੋਕ ਇਹ ਕਹਿਣ ਨੂੰ ਤਿਆਰ ਨਹੀਂ, ਸਰਕਾਰ ਇਹ ਕਰਨ ਨੂੰ ਤਿਆਰ ਨਹੀਂ, ਤਾਂ ਠੀਕ ਕਿੱਦਾਂ ਹੋ? ਹੱਲ ਕੀਤਾ ਅੱਜ ਕੱਲ੍ਹ ਪੰਜਾਬ 'ਚ ਵੀ ਇਹ ਰੌਲਾ ਉੱਠਿਆ ਹੋਇਆ ਵੀ ਬਿਹਾਰੀਆਂ ਨੂੰ ਭਜਾਓ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਮੈਥੋਂ ਤੁਸੀਂ ਕੀ ਆਸ ਕਰਦੇ ਹੋ? ਮੈਂ ਇੱਕ ਮੁਲਕ ਛੱਡ ਕੇ ਦੂਜੇ ਮੁਲਕ 'ਚ ਜਾ ਕੇ ਕੰਮ ਕੀਤੇ ਆ, ਕੁਛ ਮੈਨੂੰ ਕਹਿੰਦੇ ਬਹੁਤ ਬੱਲੇ 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 ਬੱਲੇ। ਉਹ ਜਦੋਂ ਤੁਹਾਡੇ ਹੀ ਮੁਲਕ ਦੇ ਤੁਹਾਡੇ ਹੀ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾਂਦੇ ਆ, ਉਹਨੂੰ ਕਹਿੰਦੇ ਇਹ ਰਵੇ ਇਹਨਾਂ ਨੇ ਕਬਜ਼ਾ ਕਰ ਲੈਣਾ। ਪਤਾ ਇਹ ਕਿੰਨੀ ਭੈੜੀ ਗੱਲ ਆ। ਬੁਨਿਆਦੀ ਤੌਰ 'ਤੇ ਹਰ ਇੰਡੀਅਨ ਦਾ ਹਰ ਇੰਚ ਜਿਹੜੀ ਇੰਡੀਅਨ ਦੀ ਇੰਡੀਆ ਦੀ ਧਰਤੀ ਆ ਉਹ 'ਤੇ ਬਰਾਬਰ ਆ, ਔਰ ਹੋਣਾ ਵੀ ਕਾਨੂੰਨ ਇਹੀ ਚਾਹੀਦਾ। ਸੋ ਇਸ ਕਰਕੇ ਤੁਸੀਂ ਨੌਕਰੀ ਤੁਹਾਨੂੰ ਆਸਾਮ 'ਚ ਜਾ ਕੇ ਮਿਲਦੀ ਹੈ, ਆਸਾਮ 'ਚ ਜਾਓ, ਆਸਾਮੀ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੇ ਨੌਕਰੀ ਤੁਹਾਨੂੰ ਪੰਜਾਬ 'ਚ ਮਿਲਦੀ ਆ, ਬਿਹਾਰ ਤੋਂ, ਤਾਂ ਫਿਰ ਪੰਜਾਬ 'ਚ ਆਓ, ਅਤੇ ਇਹਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੈਂ ਤਾਂ ਜੀ ਦੇਖੋ ਬਹੁਤ ਚਿਰ ਤੋਂ ਇਸ ਗੱਲ ਦੇ ਖਿਲਾਫ ਹੈ। ਮੈਂ ਇੱਕ ਵਾਰ ਆਇਆ ਸੀ ਇੱਥੇ ਪੰਜਾਬ, ਉਦੋਂ ਟੋੜਾ ਹੁੰਦਾ ਸੀ, ਟੋੜੇ ਨੇ ਬਿਆਨ ਦਿੱਤਾ ਸੀ ਭਈਆਂ ਦੇ ਖਿਲਾਫ, ਕੋਟਾਂ ਕੋਟ ਭਈਆਂ ਦੇ ਕਿ ਭਈਏ ਨਹੀਂ ਹੋਣੇ ਚਾਹੀਦੇ। ਤਾਂ ਮੈਂ ਉਦੋਂ ਵੀ ਡੱਟ ਕੇ ਉਸ ਬਿਆਨ ਦਾ ਵਿਰੋਧ ਕਰਕੇ